प्यारे दोस्तों, मैं एक दिन अपनी गीतां वाली किताब साडा चिड़िया दा चंबा वेल पढ़ रही सी। मैं सोच रही सी कि गीतां नहीं किताबां तां बाजार विच धड़ा धड़ इकट्ठियां होनियां पईयां हन, पर जे देखिया जावे इन्हां नूं पढ़न वाला कौन है तां शायद गिनती बहुत घट नजर आउंदी है। ਅਸੀਂ ਸਾਰੇ ਜਾਣਦੇ ਹਾਂ ਕਿ ਮੋਬਾਈਲ ਦੇ ਲੈਪਟਾਪ ਦੇ ਜ਼ਮਾਨੇ ਵਿੱਚ ਜਿਹੜੀਆਂ ਕਿਤਾਬਾਂ ਵਿਚਾਰੀਆਂ ਗੌਲੀਆਂ ਹੋ ਗਈਆਂ ਹਨ। ਸੋ ਯੂਟਿਊਬ ਹੈ, ਇਹਨਾਂ ਗੀਤਾਂ ਦਾ ਪਸਾਰਾ ਕਰਨ ਲਈ ਜੋ ਇਹ ਚੈਨਲ ਹਨ, ਇਹ ਬੜਾ ਹੀ ਤਰੀਫੇ ਕਾਬਲ ਕੰਮ ਕਰ ਰਹੇ ਹਨ। ਜਿਵੇਂ ਰੰਧਾਵਾ ਭਾਈ ਸਾਹਿਬ ਇਹਨਾਂ ਕਾਵਿ ਰੂਪਾਂ ਨੂੰ ਯੂਟਿਊਬ ਦੀ ਹਿੱਕ ਵਿੱਚ ਸੰਭਾਲਣ ਲਈ ਹਮੇਸ਼ਾ ਤੱਤਰ ਰਹਿੰਦੇ ਹਨ। ਹੋਰ ਵੀ ਬਹੁਤ ਸਾਰੇ ਯੂਟਿਊਬ ਦੇ ਚੈਨਲ ਹਨ ਜਿਨ੍ਹਾਂ 'ਤੇ ਇਹਨਾਂ ਗੀਤਾਂ ਨੂੰ ਪਰੋਸਿਆ ਜਾਂਦਾ ਹੈ, ਸ਼ੇਅਰ ਕੀਤਾ ਜਾਂਦਾ ਹੈ। ਅਤੇ ਤੁਹਾਡੇ ਵਰਗੇ ਭੈਣ ਭਰਾ ਜਿਹੜੇ ਇਹਨਾਂ ਗੀਤਾਂ ਨੂੰ ਬੜੇ ਹੀ ਚਾਅ ਨਾਲ ਸੁਣਦੇ ਹਨ, ਉਹਨਾਂ ਦੇ ਸਦਕਾ ਗਾਉਣ ਵਾਲਿਆਂ ਦਾ ਮਨ ਹੋਰ ਲੋਚਦਾ ਹੈ ਕਿ ਉਹ ਗੀਤ ਲੈ ਕੇ ਹਾਜ਼ਰ ਹੋਣ। ਅੱਜ ਮੈਂ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ, ਇਹ ਮਾਂ ਬਾਪ ਦੇ ਪਿਆਰ ਨਾਲ ਸੰਬੰਧਿਤ ਗੀਤ ਹੈ। ਬੜੇ ਪਿਆਰੇ ਜਿਹੇ ਬੋਲ ਹਨ, ਦਿਲ ਟੁੰਬਵੇਂ ਜਿਹੇ ਬੋਲ ਹਨ ਇਸ 'ਤੇ। ਆਓ ਫਿਰ ਸੁਣਦੇ ਹਾਂ ਇਸ ਗੀਤ ਨੂੰ, ਤੁਸੀਂ ਵੀ ਸੁਣੋ, ਪਿਆਰ ਨਾਲ ਸਰਵਣ ਕਰੋ, ਅਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰ ਸਕਦੇ ਹੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਮਾਪਿਆਂ ਨੂੰ ਬਚੀਏ ਨੀ, ਡਾਡਾ ਫਿਕਰ ਤੀਆਂ ਦਾ ਰਹਿੰਦਾ। ਜਦ ਤੀਕ ਵਿਆਵੜਨਾ, ਤਦ ਤੱਕ ਭਾਰ ਸਿਰੋਂ ਨਹੀਂ ਲੈਂਦਾ। ਧੀਆਂ ਨੂੰ ਵਿਆਹ ਕੇ ਹੀ ਮਾਂ ਪਿਓ ਦਿਲ ਵਿੱਚ ਖੁਸ਼ੀ ਮਨਾਏ। ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਖੁਸ਼ੀਆਂ ਨਾਲ ਬਚੀਏ ਨੀ, ਅਸਾਨੇ ਤੇਰਾ ਕਾਜ ਰਚਾਇਆ। ਜਨ ਸਦ ਕੇ ਸੱਜਣਾ ਦੀ, ਤੈਨੂੰ ਪਤੀ ਦੇ ਪੱਲੜੇ ਲਾਇਆ। ਹੁਣ ਤੁਰ ਜਾ ਸਹੁਰਿਆਂ ਦੇ, ਮਾਪਿਆਂ ਘਰ ਨਾ ਧੀ ਸਹਾਏ। ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਇਹ ਫਰਜ਼ ਹੈ ਮਾਪਿਆਂ ਦਾ, ਤਾਂ ਹੀ ਧੀਆਂ ਤਾਂ ਹੀ ਵਿਆਉਂਦੇ। ਇਹਨਾਂ ਵੱਡਿਆਂ ਸ਼ਾਹਾਂ ਦਾ ਆਪਣੇ ਸਿਰ ਤੋਂ ਕਰਜ਼ਾ ਲਾਉਂਦੇ। ਰਾਜੇ ਤੇ ਰਾਣਿਆਂ ਦੇ ਘਰ
ਵਿੱਚ ਤੀਰ ਰੱਖੀ ਨਾ ਜਾਏ, ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ, ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ। ਇਹ ਚਾਲ ਸੰਜੋਗਾਂ ਦੀ ਇਸ ਵਿੱਚ ਕੋਈ ਦੋਸ਼ ਨਾ ਮੇਰਾ, ਇਹ ਚਾਲ ਸੰਜੋਗਾਂ ਦੀ ਇਸ ਵਿੱਚ ਕੋਈ ਦੋਸ਼ ਨਾ ਮੇਰਾ, ਮਾਪਿਆਂ ਕਰਤੀ ਬੱਚੀਏ ਕੋਈ ਦਿਨ ਰਹਿਣ ਬਸੇਰਾ, ਸ਼ੌਂਕੀ ਵਿੱਚ ਦੁਨੀਆ ਦੇ ਮੁੱਢ ਤੋਂ ਰੀਤ ਚੱਲੀਏ ਆਈ, ਸ਼ੌਂਕੀ ਵਿੱਚ ਦੁਨੀਆ ਦੇ ਮੁੱਢ ਤੋਂ ਰੀਤ ਚੱਲੀਏ ਆਈ, ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ, ਗੱਲ ਸੁਣ ਮੇਰੀ ਲਾਡਲੀਏ, ਤੇਰਾ ਬਾਬਲੇ ਆਖ ਸੁਣਾਏ, ਤੇਰਾ ਬਾਬਲੇ ਆਖ ਸੁਣਾਏ। ਧੰਨਵਾਦ।